ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਪੀ ਐੱਸ ਟੈਟ 1 ਔਰ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀਆਂ ਲਈ ਅੱਜ ਦਾ ਸਾਡਾ ਟੋਪਿਕ ਹੈ ਜੀ ਧਰਤੀ ਦੀਆਂ ਪਰਤਾਂ, ਲੇਅਰ ਆਫ ਦਾ ਅਰਥ। ਸੋ ਇਸ ਦੇ ਨਾਲ ਰਿਲੇਟਡ ਕੁਐਸਚਨ ਜਿਹੜੇ ਨੇ ਸੀ ਟੈਟ ਦੇ ਵਿੱਚ ਵੀ ਪੁੱਛੇ ਗਏ ਨੇ। ਲਾਸਟ ਜਿਹੜਾ ਹੋਇਆ ਉਸ ਦੇ ਵਿੱਚ ਪੁੱਛਿਆ ਗਿਆ ਸੀ ਕਿ ਨੀਚੇ ਤੋਂ ਲੈ ਕੇ ਉੱਪਰ ਤੱਕ ਦੀਆਂ ਜਿਹੜੀਆਂ ਧਰਤੀ ਦੀਆਂ ਪਰਤਾਂ ਦਾ ਸਹੀ ਕ੍ਰਮ ਦੱਸੋ। ਸੋ ਡਿਸਕਸ ਕਰਾਂਗੇ ਜੀ ਪੂਰੀ ਡਿਟੇਲ ਦੇ ਵਿੱਚ। ਜਿਹੜੇ ਵਿਦਿਆਰਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ, ਇਸ ਤੋਂ ਪਹਿਲਾਂ ਅਸੀਂ ਕਾਫੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਜੀ SST ਦੀਆਂ, ਜਿਸ ਦੇ ਵਿੱਚ ਹਿਸਟਰੀ, ਸਿਵਿਕਸ ਔਰ ਜੀਓਗ੍ਰਾਫੀ ਦੀਆਂ ਜਿਹੜੀਆਂ ਨੇ ਅਲੱਗ ਅਲੱਗ ਇੱਕ ਇੱਕ ਟੋਪਿਕ ਦੀਆਂ ਵੀਡੀਓ, ਔਰ ਕਾਫੀ ਜ਼ਿਆਦਾ ਚਾਇਲਡ ਡਿਵੈਲਪਮੈਂਟ ਦੇ, ਪੰਜਾਬੀ ਪੈਡਾਗੋਗੀ ਦੇ, ਪੰਜਾਬੀ ਵਿਆਕਰਨ ਦੇ ਪ੍ਰੈਕਟਿਸ ਸੈੱਟ ਵੀ ਅਪਲੋਡ ਨੇ ਜੀ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਪ੍ਰੈਪਰੇਸ਼ਨ ਜਿਹੜੀ ਆ ਉਹ ਕਰ ਸਕਦੇ ਹੋ ਜੀ। ਜੇਕਰ ਤੁਸੀਂ ਜਿਹੜਾ ਚੰਡੀਗੜ੍ਹ ਦਾ ਟੈਸਟ ਹੋਣਾ ਜੀ, ਆਪਣਾ ਟੀਚਰ ਦੇ ਜਿਹੜੇ ਜੋਬਸ ਨਿਕਲੀਆਂ ਸੀ ਉਸ ਵਾਸਤੇ, ਉਹਦੇ ਲਈ ਵੀ ਕਾਫੀ ਇੰਪੋਰਟੈਂਟ ਨੇ, ਕਿਉਂਕਿ ਬਹੁਤ ਹੀ ਇੰਪੋਰਟੈਂਟ ਕੁਐਸਚਨ ਦੇ ਪ੍ਰੈਕਟਿਸ ਸੈੱਚ ਨੇ ਜੀ, ਉਹਨਾਂ ਦੀ ਹੈਲਪ ਨਾਲ ਤੁਸੀਂ ਪ੍ਰੈਪਰੇਸ਼ਨ ਆਪਣੀ ਕਰ ਸਕਦੇ ਹੋ ਜੀ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਔਰ ਲਾਈਵ ਕਲਾਸ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲ ਜਾਏਗਾ ਜੀ, ਜਿਹੜੀ 8:30 ਤੋਂ 10 ਵਜੇ ਤੱਕ ਲਾਈਵ ਕਲਾਸ ਹੁੰਦੀ ਹੈ। ਤਾਂ ਨੋਟੀਫਿਕੇਸ਼ਨ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਤਾਂ ਜਦੋਂ ਕਲਾਸ ਸਟਾਰਟ ਹੋਏਗੀ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਉਹ ਪਹੁੰਚ ਜਾਏਗਾ ਜੀ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਆਪਾਂ ਨੂੰ ਆਉਣ ਵਾਲੀਆਂ ਵੀਡੀਓ ਵੀ ਜਿਹੜੀਆਂ ਨੇ ਉਹ ਵੀ ਮਿਲ ਜਾਣਗੀਆਂ। ਸੋ ਸਭ ਤੋਂ ਪਹਿਲਾਂ ਕਿ ਧਰਤੀ ਜਿਹੜਾ ਇੱਕੋ ਇੱਕ ਗ੍ਰਹਿ ਹੈ ਜਿਸ ਦੇ ਉੱਪਰ ਜੀਵਨ ਸੰਭਵ ਹੈ ਜੀ, ਔਰ ਨੀਚੇ ਦੀਆਂ ਇਸ ਦੀਆਂ 3 ਪ੍ਰਮੁੱਖ ਪਰਤਾਂ ਨੇ ਜੀ, ਥਲ ਮੰਡਲ ਜਿਸ ਨੂੰ ਧਰਤੀ ਦਾ ਚਾਪੜ ਵੀ ਕਿਹਾ ਜਾਂਦਾ, ਕ੍ਰਸਟ ਕਹਿੰਦੇ ਹਾਂ ਜੀ, ਔਰ ਮੈਂਟਲ ਹੈ ਜੀ ਜਿਸ, ਔਰ ਤੀਸਰਾ ਹੈ ਜੀ ਕੇਂਦਰੀ ਭਾਗ। ਸੋ 3 ਪ੍ਰਮੁੱਖ ਪਰਤਾਂ ਨੇ ਜੀ, ਸਭ ਤੋਂ ਉੱਪਰ ਥਲ ਮੰਡਲ, ਮੈਂਟਲ ਅਤੇ ਲਾਸਟ ਹੈ ਜੀ ਕੇਂਦਰੀ ਭਾਗ। ਸੋ ਇਹਨਾਂ ਦੀ ਵੀ ਅੱਗੇ ਵੰਡ ਕੀਤੀ ਗਈ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਔਰ ਉੱਪਰਲੀ ਪਰਤ ਨੂੰ ਜਿਹੜਾ ਇਹਨਾਂ ਵਿੱਚੋਂ ਮਿਲਣ ਵਾਲੇ ਤੱਤਾਂ ਕਰਕੇ ਸੀਮਾ, ਸੋਰੀ ਸਿਆਲ ਸਭ ਤੋਂ ਪਹਿਲੀ ਪਰਤ ਨੂੰ, ਦੂਜੀ ਨੂੰ ਸੀਮਾ, ਔਰ ਤੀਸਰੀ ਨੂੰ ਨਾਈਫ ਕਿਹਾ ਜਾਂਦਾ ਹੈ। ਸੋ ਕਿਉਂ ਕਿਹਾ ਜਾਂਦਾ ਹੈ ਇਹ ਅੱਗੇ ਆਪਾਂ ਡਿਸਕਸ ਕਰਾਂਗੇ ਜੀ ਡਿਟੇਲ ਦੇ ਵਿੱਚ। ਔਰ ਇਹਨਾਂ ਪਰਤਾਂ ਨੂੰ ਯਾਦ ਰੱਖਣ ਲਈ ਆਪਾਂ ਇੱਕ ਛੋਟੀ ਜਿਹੀ ਲਾਈਨ ਯਾਦ ਕਰ ਸਕਦੇ ਹਾਂ ਜੀ, ਕਰਮ ਕਰ, ਕਰਮ ਕਰ। ਸੋ ਇਸ ਤੋਂ ਆਪਣਾ ਜਿਹੜਾ ਹੈ ਆਪਾਂ ਯਾਦ ਰੱਖ ਸਕਦੇ ਹਾਂ ਕਿ ਸਭ ਤੋਂ ਉੱਪਰਲੀ ਜਿਹੜੀ ਪਰਤ ਹੈ ਉਹ ਜੀ ਕਰ ਤੋਂ ਕ੍ਰਸਟ ਯਾਦ ਆ ਜਾਏਗਾ ਜੀ ਆਪਾਂ ਨੂੰ, ਔਰ ਮੰਮੇ ਤੋਂ ਜਿਹੜਾ ਹੈ ਐੱਮ ਤੋਂ ਮੈਂਟਲ ਯਾਦ ਆ ਜਾਏਗਾ, ਔਰ ਅਗਲੇ ਕ ਤੋਂ ਜਿਹੜਾ ਹੈ ਆਪਾਂ ਨੂੰ ਕੋਰ ਯਾਦ ਆ ਜਾਏਗਾ। ਸੋ ਇਸ ਤਰੀਕੇ ਨਾਲ ਬੇਸ਼ੱਕ ਆਪਾਂ ਨੂੰ ਇਹ ਪੁੱਛਿਆ ਜਾਏ ਕਿ ਉੱਪਰ ਤੋਂ ਨੀਚੇ ਨੂੰ ਪਰਤਾਂ ਦਾ ਸਹੀ ਕ੍ਰਮ ਕੀ ਹੈ ਜਾਂ ਨੀਚੇ ਤੋਂ ਉੱਪਰ ਤੋਂ ਉੱਪਰ ਨੂੰ ਕੀ ਹੈ, ਜਦੋਂ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਤਾਂ ਇਹਨਾਂ ਕੁਐਸਚਨਾਂ ਦਾ ਜਿਹੜਾ ਆਨਸਰ ਹੈ ਬੜੇ ਆਰਾਮ ਨਾਲ ਦੇ ਸਕਦੇ ਹਾਂ। ਸੋ ਅੱਗੇ ਗੱਲ ਕਰਦੇ ਹਾਂ ਜੀ, ਸਭ ਤੋਂ ਪਹਿਲੀ ਪਰਤ ਥਲ ਜਿਹੜਾ ਮੰਡਲ ਹੈ, ਕ੍ਰਸਟ ਹੈ, ਇਸ ਦੇ ਵਿੱਚ ਕੀ ਹੈ ਜੀ, ਧਰਤੀ ਦਾ ਚਾਪੜ ਆਉਂਦਾ ਹੈ ਜੀ ਇਸ ਦੇ ਵਿੱਚ, ਇਸ ਨੂੰ ਧਰਤੀ ਦਾ ਚਾਪੜ ਕਹਿੰਦੇ, ਇਸ ਨੂੰ ਸਿਆਲ ਵੀ ਕਿਹਾ ਜਾਂਦਾ ਹੈ, ਔਰ ਇਹਦੀ ਜਿਹੜੀ ਮੋਟਾਈ ਹੈ ਉਹ 100 ਕਿਲੋਮੀਟਰ ਦੇ ਲਗਭਗ ਹੈ। ਜੇਕਰ ਇਕੱਲੀ ਸਿਆਲ ਦੀ ਪੁੱਛੀ ਜਾਂਦੀ ਹੈ, ਜ਼ਿਆਦਾ ਤੱਤ ਜਿਹੜੇ ਨੇ ਉੱਪਰਲਾ ਜਿਹੜਾ 34 ਕੁ ਕਿਲੋਮੀਟਰ ਤੱਕ ਪਾਏ ਜਾਂਦੇ ਨੇ, ਪਰ ਜਿਹੜਾ 100 ਕਿਲੋਮੀਟਰ ਤੱਕ ਬਣਦਾ ਹੈ ਚਾਪੜ, ਇਸ ਦੇ ਵਿੱਚ ਕੁਝ ਹਿੱਸਾ ਜਿਹੜਾ ਹੈ ਮੈਂਟਲ ਦਾ ਵੀ ਆਉਂਦਾ। ਅੱਗੇ ਆਪਾਂ ਡਿਸਕਸ ਕਰਾਂਗੇ ਤਾਂ ਆਪਣਾ ਪੂਰੀ ਤਰ੍ਹਾਂ ਇਹ ਕਲੀਅਰ ਹੋ ਜਾਏਗਾ ਕਿ ਮੋਟਾਈ 100 ਕਿਲੋਮੀਟਰ ਕਿਵੇਂ ਆ ਜੀ। ਔਰ ਸਿਆਲ ਇਸ ਨੂੰ ਤਿਆਂ ਕਿਹਾ ਜਾਂਦਾ, ਇਸ ਵਿੱਚ 2 ਪ੍ਰਮੁੱਖ ਜਿਹੜੇ ਤੱਤ ਨੇ ਸਿਲੀਕੋਨ ਅਤੇ ਐਲੂਮੀਨੀਅਮ, ਸੋ ਕਾਫੀ ਮਾਤਰਾ ਦੇ ਵਿੱਚ ਮਿਲਦੇ ਨੇ, ਇਸ ਕਰਕੇ ਜਿਹੜਾ ਹੈ ਇਸ ਨੂੰ ਸਿਆਲ ਕਿਹਾ ਜਾਂਦਾ ਹੈ। ਮੋਟਾਈ ਦੀ ਗੱਲ ਕਰ ਲਈਏ ਤਾਂ ਉੱਪਰੀ ਪਰਤ ਦੀ ਜਿਹੜੀ ਮੋਟਾਈ ਸਮੁੰਦਰੀ ਤਲ ਤੋਂ ਜੇਕਰ ਪੁੱਛੀ ਜਾਵੇ ਤਾਂ ਉਹ ਹੈ ਜੀ 4 ਤੋਂ 7 ਕਿਲੋਮੀਟਰ, ਔਰ ਮਹਾਂਦੀਪੀ ਭਾਗ 'ਤੇ ਜਿਹੜੀ ਇਹ ਹੈ ਜੀ ਔਸਤ 35 ਕਿਲੋਮੀਟਰ ਜੀ। ਮਹਾਂਦੀਪੀ ਭਾਗ ਕਿਹੜੇ ਹੁੰਦੇ ਨੇ, ਜਿਹੜਾ ਧਰਤੀ ਦਾ ਸਥਲ ਭਾਗ ਹੈ ਉਸਨੂੰ ਮਹਾਂਦੀਪਾਂ ਦੇ ਵਿੱਚ ਵੰਡਿਆ, 7 ਪ੍ਰਮੁੱਖ ਮਹਾਂਦੀਪ ਨੇ ਜੀ। ਸੋ ਜਿਹੜੇ ਥਲ ਭਾਗ ਨੂੰ ਮਹਾਂਦੀਪੀ ਭਾਗ ਕਿਹਾ ਜਾਂਦਾ, ਉੱਥੇ ਜਿਹੜੀ ਇਸ ਦੀ ਔਸਤਨ ਮੋਟਾਈ ਹੈ 35 ਕਿਲੋਮੀਟਰ ਹੈ ਜੀ, ਔਰ ਪਹਾੜਾਂ 'ਤੇ ਜਾ ਕੇ ਇਹ ਜਿਹੜੀ ਵੱਧ ਜਾਂਦੀ ਹੈ ਜੀ ਹੋਰ 70 ਕਿਲੋਮੀਟਰ ਹੈ ਜੀ ਮੋਟਾਈ ਇਸ ਦੀ ਪਹਾੜਾਂ 'ਤੇ ਕ੍ਰਸਟ ਦੀ। ਅੱਗੇ ਹੈ ਜੀ ਚਟਾਨਾਂ ਅਤੇ ਮਿੱਟੀ ਤੋਂ ਬਣੀ ਹੋਈ ਹੈ ਜੀ, ਚਟਾਨਾਂ ਅਤੇ ਮਿੱਟੀ ਤੋਂ ਬਣੀ ਹੋਈ ਹੈ, ਔਰ ਸਭ ਤੋਂ ਜਿਹੜਾ ਇਸ ਦੇ ਵਿੱਚ ਪੁੱਛਿਆ ਜਾਏ ਕਿ ਵੱਧ ਪਾਇਆ ਜਾਣ ਵਾਲਾ ਤੱਤ ਕਿਹੜਾ ਹੈ, ਤਾਂ ਉਹ ਹੈ ਜੀ ਆਕਸੀਜਨ ਹੈ ਜੀ, 46.8% ਹੈ ਜੀ, ਔਰ ਬਾਹਰੀ ਪਰਤ ਹੈ ਜਿਹੜੀ ਉਹ ਤਹਿਦਾਰ ਚਟਾਨਾਂ ਸੈਡੀਮੈਂਟਰੀ ਰੌਕਸ ਤੋਂ ਬਣਿਆ ਹੋਇਆ, ਔਰ ਜੇਕਰ ਪੁੱਛਿਆ ਜਾਂਦਾ ਕਿ ਆਂਤਰਿਕ ਪਰਤ ਕਿਸ ਦੀ ਬਣੀ ਹੋਈ, ਤਾਂ ਗ੍ਰੇਨਾਈਟ ਤੋਂ ਬਣੀ ਹੈ। ਸੋ ਇੱਦਾਂ ਦੇ ਹੀ ਕੁਐਸਚਨ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ ਜੀ ਕਿ ਬਾਹਰੀ ਪਰਤ ਜਿਹੜੀ ਹੈ ਥਲ ਮੰਡਲ ਦੀ ਜਾਂ ਕ੍ਰਸਟ ਦੀ ਕਿਹੜੀਆਂ ਚਟਾਨਾਂ ਦੀ ਬਣੀ ਹੋਈ ਹੈ, ਤਾਂ ਤਹਿਦਾਰ ਚਟਾਨਾਂ ਦੀ ਬਣੀ ਹੋਈ ਜੀ, ਸੈਡੀਮੈਂਟਰੀ ਰੌਕਸ ਦੀ, ਔਰ ਆਂਤਰਿਕ ਜਾਂ ਅੰਦਰੂਨੀ ਪਰਤ ਜਿਹੜੀ ਕਿਸ ਦੀ ਬਣੀ ਹੋਈ ਹੈ, ਤਾਂ ਗ੍ਰੇਨਾਈਟ ਤੋਂ ਬਣੀ ਹੋਈ ਹੈ ਜੀ। ਜਾਂ ਇਹ ਪੁੱਛਿਆ ਜਾ ਸਕਦਾ ਕਿ
ਥਲ ਮੰਡਲ ਦੇ ਕਿਹੜੇ ਭਾਗ ਦੇ ਵਿੱਚ ਗ੍ਰੇਨਾਈਟ ਪਾਇਆ ਜਾਂਦਾ ਹੈ? ਤਾਂ ਆਂਤਰਿਕ ਪਰਤ ਦੇ ਵਿੱਚ ਜੀ। ਔਰ ਇਸ ਦੇ ਨਾਲ ਰਿਲੇਟਡ ਕੁਸ਼ਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਜਿਹੜੀ ਉੱਪਰਲੀ ਪਰਤ ਉਸ ਵਿੱਚ ਕਿਹੜੇ ਤੱਤ ਜਿਹੜੇ ਨੇ ਜ਼ਿਆਦਾ ਨੇ? ਦੋ, ਸਿਲੀਕੋਨ ਅਤੇ ਐਲੂਮੀਨੀਅਮ ਜੀ। ਸੋ ਇਸ ਤਰ੍ਹਾਂ ਦੇ ਜਿਹੜੇ ਕੁਸ਼ਚਨ ਨੇ ਉਹ ਪੁੱਛੇ ਜਾਂਦੇ ਨੇ ਜੀ। ਔਰ ਨੈਕਸਟ ਹੈ ਜੀ ਆਪਣਾ ਮੈਂਟਲ ਭਾਗ, ਜਿਸ ਦੀ ਜਿਹੜੀ ਔਸਤ ਮੋਟਾਈ ਦੀ ਗੱਲ ਕਰੀਏ ਤਾਂ ਉਹ ਹੈ ਜੀ 2900 ਕਿਲੋਮੀਟਰ। ਔਰ ਉੱਪਰਲਾ ਮੈਂਟਲ ਭਾਗ ਔਰ ਹੇਠਲਾ ਮੈਂਟਲ ਭਾਗ, ਸੋ ਦੋ ਅੱਗੇ ਨੂੰ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਉੱਪਰਲਾ ਮੈਂਟਲ ਭਾਗ ਜਿਹੜਾ ਹੈ 700 ਕਿਲੋਮੀਟਰ ਤੱਕ ਹੈ ਜੀ, ਔਰ ਬਾਕੀ ਦਾ ਜਿਹੜਾ ਹਿੱਸਾ ਹੈ ਉਹ ਹੇਠਲੇ ਮੈਂਟਲ ਭਾਗ ਦੇ ਵਿੱਚ ਆਉਂਦਾ ਹੈ। ਔਰ ਇਸ ਨੂੰ ਜਿਹੜਾ ਹੈ ਸੀਮਾ ਕਿਹਾ ਜਾਂਦਾ ਹੈ ਜੀ। ਸੋ ਯਾਦ ਰੱਖਣਾ ਹੈ ਜੀ ਸੀਮਾ ਦਾ ਰਿਲੇਸ਼ਨ ਹੈ ਜਿਹੜਾ ਉਹ ਮੈਂਟਲ ਭਾਗ ਦੇ ਨਾਲ ਹੈ। ਮੈਂਟਲ ਭਾਗ ਦੇ ਵਿੱਚ ਜ਼ਿਆਦਾ ਤੱਤ ਜਿਹੜੇ ਨੇ ਉਹ ਸਿਲੀਕੋਨ ਅਤੇ ਮੈਗਨੀਸ਼ੀਅਮ, ਐੱਸ ਆਈ ਤੋਂ ਬਣ ਗਿਆ ਜੀ ਸਿਲੀਕੋਨ, ਐੱਮ ਏ ਤੋਂ ਬਣ ਗਿਆ ਜੀ ਮੈਗਨੀਸ਼ੀਅਮ, ਐੱਮ ਜੀ ਮੈਗਨੀਸ਼ੀਅਮ। ਸੋ ਮੈਂਟਲ ਦੇ ਵਿੱਚ ਕਿਹੜੇ ਜ਼ਿਆਦਾ ਤੱਤ ਪਾਏ ਜਾਂਦੇ ਨੇ ਜੀ? ਸਿਲੀਕੋਨ ਅਤੇ ਮੈਗਨੀਸ਼ੀਅਮ। ਇਸ ਪਰਤ ਵਿੱਚ ਮੌਲਿਕ ਪਦਾਰਥ ਅਧਿਕ ਮਾਤਰਾ ਦੇ ਵਿੱਚ ਹੁੰਦੇ ਨੇ, ਔਰ ਇਸੇ ਪਰਤ ਵਿੱਚ ਜਵਾਲਾਮੁਖੀ ਵਿਸਫੋਟ ਸਮੇਂ ਲਾਵਾ ਬਾਹਰ ਨਿਕਲਦਾ ਹੈ। ਸੋ ਕੁਸ਼ਚਨ ਪੁੱਛਿਆ ਜਾ ਸਕਦਾ ਹੈ ਕਿ ਜਵਾਲਾਮੁਖੀ ਵਿਸਫੋਟ ਸਮੇਂ ਕਿਹੜੀ ਪਰਤ ਵਿੱਚੋਂ ਲਾਵਾ ਬਾਹਰ ਨਿਕਲਦਾ ਹੈ? ਤਾਂ ਮੈਂਟਲ ਭਾਗ ਦੇ ਵਿੱਚੋਂ ਨਿਕਲਦਾ ਹੈ ਜੀ। ਔਰ ਅੱਗੇ ਹੈ ਜੀ ਮੈਂਟਲ ਮੁੱਖ ਰੂਪ ਵਿੱਚ ਮਹਾਂਸਾਗਰਾਂ ਦੇ ਥੱਲੇ ਹੁੰਦੀ ਹੈ ਜੀ। ਇਸ ਤਰ੍ਹਾਂ ਮਹਾਂਸਾਗਰੀ ਸਤ੍ਹਾ ਦਾ ਜਿਹੜਾ ਨਿਰਮਾਣ ਹੈ ਬੈਸਲਟ ਚਟਾਨਾਂ ਨਾਲ ਹੋਇਆ ਹੈ। ਸੋ ਇੰਪੋਰਟੈਂਟ ਕੁਸ਼ਚਨ ਬਣ ਜਾਂਦਾ ਜੀ ਕਿ ਮਹਾਂਸਾਗਰੀ ਸਤ੍ਹਾ ਦਾ ਨਿਰਮਾਣ ਕਿਹੜੀਆਂ ਚਟਾਨਾਂ ਨਾਲ ਹੋਇਆ? ਤਾਂ ਬੈਸਲਟ ਸਟਾਨਾਂ ਦੇ ਦੁਆਰਾ, ਬੈਸਲਟ ਸਟਾਨਾਂ ਦੇ ਨਾਲ ਹੋਇਆ ਹੈ। ਔਰ ਮੈਗਮਾ ਚੈਂਬਰ ਜਿਹੜੇ ਨੇ ਇਹ ਪਾਏ ਜਾਂਦੇ ਨੇ ਜੀ ਮੈਂਟਲ ਭਾਗ ਦੇ ਵਿੱਚ। ਔਰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਮੈਂਟਲ ਭਾਗ ਨੂੰ ਹੋਰ ਕਿਹੜਾ ਨਾਮ ਰੱਖਿਆ ਗਿਆ? ਇਸਦਾ ਤਾਂ ਇਸਨੂੰ ਕਿਹਾ ਜਾਂਦਾ ਹੈ ਜੀ ਵਾਈਟ ਆਫ ਦਾ ਅਰਥ। ਔਰ ਆਪਾਂ ਜਿਹੜੇ ਡਿਸਕਸ ਕਰ ਰਹੇ ਸੀ ਕਿ 100 ਕਿਲੋਮੀਟਰ ਸਥਲ ਮੰਡਲ ਦਾ ਨਿਰਮਾਣ ਕਿਵੇਂ ਹੁੰਦਾ ਹੈ, ਕ੍ਰਸਟ ਅਤੇ ਮੈਂਟਲ ਦਾ ਸਭ ਤੋਂ ਜਿਹੜਾ ਉੱਪਰੀ ਭਾਗ ਹੈ 100 ਕਿਲੋਮੀਟਰ ਦਾ, ਉਹ ਮਿਲ ਕੇ ਸਥਲ ਮੰਡਲ ਦਾ ਨਿਰਮਾਣ ਕਰਦੇ ਨੇ ਜੀ। ਸੋ ਇੰਪੋਰਟੈਂਟ ਕੁਸ਼ਚਨ ਇਹਦੇ ਵਿੱਚੋਂ ਵੀ ਆਪਾਂ ਡਿਸਕਸ ਕਰ ਲੈਣਾ ਕਿ ਕਿਹੜੇ ਪੁੱਛੇ ਜਾ ਸਕਦੇ ਨੇ ਕਿ ਮੈਂਟਲ ਦੀ ਔਸਤਨ ਮੋਟਾਈ ਕਿੰਨੀ ਹੈ? ਤਾਂ 2900 ਕਿਲੋਮੀਟਰ ਹੈ ਜੀ। ਉੱਪਰਲਾ ਮੈਂਟਲ ਭਾਗ ਕਿੰਨੇ ਕਿਲੋਮੀਟਰ ਤੱਕ ਹੈ? ਤਾਂ 700 ਕਿਲੋਮੀਟਰ ਤੱਕ ਹੈ। ਕਿਹੜੇ ਤੱਤ ਜ਼ਿਆਦਾ ਪਾਏ ਜਾਂਦੇ ਹਨ? ਸਿਲੀਕੋਨ ਅਤੇ ਮੈਗਨੀਸ਼ੀਅਮ, ਇਸੇ ਕਰਕੇ ਇਸਨੂੰ ਜਿਹੜਾ ਹੈ ਸੀਮਾ ਕਿਹਾ ਜਾਂਦਾ ਹੈ ਜੀ। ਔਰ ਅੱਗੇ ਪੁੱਛਿਆ ਜਾ ਸਕਦਾ ਹੈ ਕਿ ਸਤ੍ਹਾ ਦਾ ਜਿਹੜਾ ਹੈ, ਕਿਹੜੀ ਸਤ੍ਹਾ ਦਾ ਨਿਰਮਾਣ ਬੈਸਲਟ ਚਟਾਨਾਂ ਦੁਆਰਾ ਹੋਇਆ? ਤਾਂ ਮਹਾਂਸਾਗਰੀ ਸਤ੍ਹਾ ਦਾ, ਜਾਂ ਉਲਟ ਪੁੱਛਿਆ ਜਾ ਸਕਦਾ ਕਿ ਮਹਾਂਸਾਗਰੀ ਸਤ੍ਹਾ ਦਾ ਨਿਰਮਾਣ ਕਿਹੜੀਆਂ ਚਟਾਨਾਂ ਨਾਲ ਹੋਇਆ? ਤਾਂ ਬੈਸਲਟ ਚਟਾਨਾਂ ਦੁਆਰਾ। ਸੋ ਜਦੋਂ ਆਪਾਂ ਡਿਟੇਲ ਦੇ ਵਿੱਚ ਚੀਜ਼ਾਂ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਕਦੀ ਵੀ ਇਹ ਭੁੱਲਦੀਆਂ ਨਹੀਂ, ਜਦੋਂ ਇਗਜ਼ਾਮ 'ਚ ਬੈਠਦੇ ਹਾਂ ਤਾਂ ਬੜੀ ਆਸਾਨੀ ਨਾਲ ਆਪਾਂ ਜਿਹੜੀ ਆਪਸ਼ਨ ਆਪਣੀ ਉਹ ਪਹਿਚਾਣ ਲੈਂਦੇ ਹਾਂ ਜੀ। ਔਰ ਮੈਂਟਲ ਨੂੰ ਜਿਹੜਾ ਹੈ ਵਾਈਟ ਆਫ ਦਾ ਅਰਥ ਵੀ ਕਿਹਾ ਜਾਂਦਾ ਹੈ ਜੀ। ਸੋ ਇਹ ਸੀ ਜੀ ਇੰਪੋਰਟੈਂਟ ਕੁਸ਼ਚਨ ਜਿਹੜੇ ਇਸ 'ਚੋਂ ਪੁੱਛੇ ਜਾ ਸਕਦੇ ਨੇ। ਨੈਕਸਟ ਹੈ ਜੀ ਆਪਣਾ ਕੇਂਦਰੀ ਭਾਗ। ਕੇਂਦਰੀ ਭਾਗ ਹੈ ਜਿਹੜਾ ਕੋਰ ਹੈ, ਧਰਤੀ ਦਾ ਸਭ ਤੋਂ ਅੰਦਰੂਨੀ ਭਾਗ ਹੈ ਜੀ। ਕਈ ਵਾਰੀ ਆਪਾਂ ਇਸ ਸ਼ਬਦ 'ਚ ਕਨਫਿਊਜ਼ ਹੋ ਜਾਂਦੇ ਹਾਂ। ਕੇਂਦਰੀ ਭਾਗ ਮਤਲਬ ਕਿ ਸਭ ਤੋਂ ਜੋ ਵਿਚਕਾਰਲੀ ਪਰਤ ਹੈ ਕਿ ਉਸਨੂੰ ਤਾਂ ਨਹੀਂ ਕੇਂਦਰੀ ਮੰਨਿਆ ਜਾਂਦਾ, ਪਰ ਜਿਹੜੀ ਲਾਸਟ ਪਰਤ ਹੈ, ਸਭ ਤੋਂ ਅੰਦਰੂਨੀ ਭਾਗ ਹੈ, ਉਸਨੂੰ ਕੇਂਦਰੀ ਭਾਗ ਜਾਂ ਕੋਰ ਕਿਹਾ ਜਾਂਦਾ। ਕੋਰ ਤੋਂ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਿਹੜੀ ਧਰਤੀ ਦੀ ਬਾਹਰਲੀ ਕੋਰ ਹੈ ਉਸਦੀ ਗੱਲ ਹੋ ਰਹੀ ਹੈ, ਪਰ ਅੰਦਰੂਨੀ ਭਾਗ ਦੀ ਇੱਥੇ ਜਿਹੜੀ ਗੱਲ ਹੋ ਰਹੀ ਹੈ। ਮੋਟਾਈ ਇਹਦੀ 3470 ਕਿਲੋਮੀਟਰ ਦੇ ਲਗਭਗ ਹੈ। ਔਰ ਬਾਹਰਲਾ ਇਹਦੇ ਵੀ ਅੱਗੇ ਦੋ ਹਿੱਸੇ ਨੇ ਜੀ, ਬਾਹਰਲਾ ਕੇਂਦਰੀ ਭਾਗ ਅਤੇ ਅੰਦਰਲਾ ਕੇਂਦਰੀ ਭਾਗ। ਔਰ ਇਸ ਦੇ ਵਿੱਚ ਜਿਹੜਾ ਹੈ ਨਾਈਫ ਇਸਨੂੰ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਸ ਦੇ ਵਿੱਚ ਜਿਹੜਾ ਹੈ ਨਿੱਕਲ, ਐੱਨ ਆਈ ਨਿੱਕਲ ਅਤੇ ਐੱਫ ਈ ਫੈਰਸ ਲੋਹਾ, ਨਿੱਕਲ ਅਤੇ ਲੋਹਾ ਤੱਤ ਜ਼ਿਆਦਾ ਪਾਏ ਜਾਂਦੇ ਨੇ ਜੀ। ਕੁਸ਼ਚਨ ਪੁੱਛਿਆ ਜਾ ਸਕਦਾ ਹੈ ਕਿ ਕੇਂਦਰੀ ਭਾਗ ਵਿੱਚ ਕਿਹੜੇ ਤੱਤ ਜ਼ਿਆਦਾ ਪਾਏ ਜਾਂਦੇ ਨੇ? ਤਾਂ ਨਿੱਕਲ ਅਤੇ ਲੋਹਾ, ਨਿੱਕਲ ਔਰ ਫੈਰਸ ਜਿਹੜੇ ਨੇ, ਐੱਨ ਆਈ ਐੱਫ ਈ ਨਾਈਫ ਆਪਾਂ ਯਾਦ ਰੱਖਣਾ ਹੈ। ਸੋ ਤੱਤ ਜਿਹੜੇ ਨੇ ਜ਼ਿਆਦਾ ਪਾਏ ਜਾਂਦੇ ਨੇ। ਔਰ ਅੱਗੇ ਹੈ ਜੀ ਨਾਈਫ ਤੱਕ ਪਿੰਗਲੇ ਰੂਪ ਵਿੱਚ ਤੱਤ ਪੜ੍ਹਨਾ ਜੀ ਇਸਨੂੰ। ਨਾਈਫ ਤੱਤ ਨੇ ਜਿਹੜੇ ਪਿੰਗਲੇ ਰੂਪ ਵਿੱਚ ਲੇਸਦਾਰ ਪਦਾਰਥ ਰੂਪ ਵਿੱਚ ਹੁੰਦੇ ਹਨ। ਨੈਕਸਟ ਹੈ ਜੀ ਕੋਰ ਦਾ ਭਾਰ ਪ੍ਰਿਥਵੀ ਦੇ ਭਾਰ ਦਾ ਲਗਭਗ ਜਿਹੜਾ ਹੈ 1/3 ਭਾਗ ਹੈ ਜੀ। ਔਰ ਆਇਤਨ ਲਗਭਗ ਜਿਹੜਾ ਹੈ 1/6 ਭਾਗ ਹੈ ਜੀ। ਔਰ ਬਾਹਰੀ ਕੋਰ ਵਿੱਚ ਜਿਹੜਾ ਹੈ
ਭੁਚਾਲ ਦੀਆਂ ਐਸ ਤਰੰਗਾਂ ਪ੍ਰਵੇਸ਼ ਨਹੀਂ ਕਰ ਸਕਦੀਆਂ। ਸੋ ਪੁੱਛਿਆ ਜਾ ਸਕਦਾ ਕਿ ਭੁਚਾਲ ਦੀਆਂ ਜਿਹੜੀਆਂ ਐਸ ਤਰੰਗਾਂ ਨੇ ਕਿਹੜੀ ਕੋਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀਆਂ, ਬਾਹਰੀ ਜਾਂ ਅੰਦਰੂਨੀ ਕੋਰ ਦੇ ਵਿੱਚ। ਤਾਂ ਬਾਹਰੀ ਕੋਰ ਦੇ ਵਿੱਚ ਜਿਹੜਾ ਹੈ ਐਸ ਤਰੰਗਾਂ ਪ੍ਰਵੇਸ਼ ਨਹੀਂ ਕਰ ਸਕਦੀਆਂ। ਔਰ ਇਸ ਤੋਂ ਪਤਾ ਲੱਗਦਾ ਹੈ, ਜਿਸ ਤੋਂ ਪ੍ਰਮਾਣਿਤ ਹੁੰਦਾ ਹੈ ਕਿ ਇਹ ਭਾਗ ਦ੍ਰਵ ਅਵਸਥਾ ਵਿੱਚ ਹੁੰਦਾ ਹੈ। ਸੋ ਕੁਸ਼ਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕੇਂਦਰੀ ਭਾਗ ਦਾ ਕਿਹੜਾ ਜਿਹੜਾ ਹਿੱਸਾ ਹੈ ਦ੍ਰਵ ਹਿੱਸਾ ਹੁੰਦਾ ਹੈ, ਦ੍ਰਵ ਅਵਸਥਾ ਵਿੱਚ ਹੁੰਦਾ ਹੈ, ਬਾਹਰੀ ਕੋਰ ਜਾਂ ਅੰਦਰੂਨੀ ਕੋਰ। ਤਾਂ ਬਾਹਰੀ ਕੋਰ ਜਿਹੜਾ ਹੈ ਉਹ ਦ੍ਰਵ ਅਵਸਥਾ ਵਿੱਚ ਹੁੰਦਾ ਹੈ। ਅੰਦਰੂਨੀ ਕੋਰ ਵਿੱਚ ਭੁਚਾਲ ਦੀਆਂ ਪੀ ਲਹਿਰਾਂ, ਸੋ ਪੀ ਤਰੰਗਾਂ ਨੇ ਜਿਹੜੀਆਂ, ਉਹਨਾਂ ਦੀ ਗਤੀ ਘੱਟ ਹੋ ਜਾਂਦੀ ਹੈ, ਜਿਹੜੀ ਕਿ ਰਹਿ ਜਾਂਦੀ ਹੈ ਜੀ 11.23 ਕਿਲੋਮੀਟਰ ਪ੍ਰਤੀ ਸੈਕਿੰਡ। ਅਰਥਾਤ ਇਹ ਭਾਗ ਜਿਹੜਾ ਹੈ ਠੋਸ ਹੈ। ਸੋ ਸਿੰਪਲ ਆਪਾਂ ਯਾਦ ਰੱਖਣਾ ਹੈ ਜੀ ਕਿ ਕੇਂਦਰੀ ਭਾਗ ਦਾ ਜਿਹੜਾ ਕੋਰ ਦਾ ਬਾਹਰੀ ਭਾਗ ਹੈ ਉਹ ਦ੍ਰਵ ਅਵਸਥਾ ਵਿੱਚ ਹੈ, ਔਰ ਅੰਦਰੂਨੀ ਭਾਗ ਹੈ ਜਿਹੜਾ ਠੋਸ ਅਵਸਥਾ ਦੇ ਵਿੱਚ ਹੈ, ਔਰ ਬਾਹਰੀ ਭਾਗ ਦੇ ਵਿੱਚ ਐਸ ਤਰੰਗਾਂ ਪ੍ਰਵੇਸ਼ ਨਹੀਂ ਕਰ ਪਾਉਂਦੀਆਂ, ਔਰ ਅੰਦਰੂਨੀ ਭਾਗ ਦੇ ਵਿੱਚ ਜਿਹੜਾ ਹੈ ਪੀ ਲਹਿਰਾਂ ਦੀ ਗਤੀ ਜਿਹੜੀ ਹੈ ਉਹ ਘੱਟ ਹੋ ਜਾਂਦੀ ਹੈ। ਜੇਕਰ ਪੁੱਛਿਆ ਜਾਵੇ ਕਿੰਨੀ ਰਹਿ ਜਾਂਦੀ ਹੈ ਤਾਂ 11.23 ਕਿਲੋਮੀਟਰ ਪ੍ਰਤੀ ਸੈਕਿੰਡ ਰਹਿ ਜਾਂਦੀ ਹੈ। ਸੋ ਇਹ ਸੀ ਜੀ, ਔਰ ਇੱਕ ਦੇ ਨਾਲ ਹੀ ਤੱਤ ਸੀ ਜੀ ਜ਼ਰੂਰੀ, ਜਿਹੜੇ ਕੰਪੋਜੀਸ਼ਨ ਕੀ ਹੈ ਅਰਥ ਦੀ। ਆਕਸੀਜਨ ਹੈਗੀ ਜੀ 46.8%, ਸਿਲੀਕੋਨ 27.7%, ਐਲੂਮੀਨੀਅਮ 8.1%, ਲੋਹਾ 5.5%, ਔਰ ਕੈਲਸ਼ੀਅਮ 3.6%, ਸੋਡੀਅਮ 2.8%। ਸੋ ਇਸ ਨੂੰ ਜ਼ਰੂਰ ਯਾਦ ਕਰ ਲੈਣਾ, ਕਿਉਂਕਿ ਪੁੱਛਿਆ ਜਾ ਸਕਦਾ ਸਭ ਤੋਂ ਜਿਹੜਾ ਹੈ ਵੱਧ ਤੱਤ ਕਿਹੜਾ ਹੈ, ਤਾਂ 46.8% ਆਕਸੀਜਨ ਹੈ ਜੀ। ਉਸ ਤੋਂ ਬਾਅਦ ਸਿਲੀਕਾਨ ਹੈ ਜੀ, ਔਰ ਸੋਡੀਅਮ ਜਿਹੜਾ 2.83% ਹੈ। ਪੁੱਛਿਆ ਜਾ ਸਕਦਾ ਅਲੱਗ ਅਲੱਗ ਕਿ ਸਿਲੀਕਾਨ ਕਿੰਨੇ ਪ੍ਰਤੀਸ਼ਤ ਹੈ, ਜਾਂ ਐਲੂਮੀਨੀਅਮ ਕਿੰਨੇ ਪ੍ਰਤੀਸ਼ਤ ਹੈ, ਲੋਹਾ ਕਿੰਨੇ ਪ੍ਰਸੈਂਟ ਹੈ, ਕੈਲਸ਼ੀਅਮ ਕਿੰਨੇ ਪ੍ਰਸੈਂਟ ਹੈ। ਸੋ ਇਸ ਕਰਕੇ ਇਹ ਵੀ ਬਹੁਤ ਇੰਪੋਰਟੈਂਟ ਹੈ ਕੰਪੋਜੀਸ਼ਨ ਆਫ ਅਰਥ। ਔਰ ਨੀਚੇ ਆਪਾਂ ਇੱਕ ਚਿੱਤਰ ਦੇ ਰਾਹੀਂ ਜਿਹੜਾ ਹੈ ਇਸਨੂੰ ਥੋੜ੍ਹਾ ਸਮਝ ਸਕਦੇ ਹਾਂ ਜੀ, ਕਿਹੜਾ ਜਿਹੜਾ ਹੈ ਭਾਗ ਕਿੰਨੇ ਕਿਲੋਮੀਟਰ ਤੱਕ ਹੈ, ਔਰ ਕਿੰਨੀ ਉਸਦੀ ਡੂੰਘਾਈ ਹੈ। ਜਿਵੇਂ ਚਾਪੜ ਹੈ 30 ਕਿਲੋਮੀਟਰ ਤੱਕ ਜੀ, ਉੱਪਰਲਾ ਮੈਂਟਲ ਭਾਗ, ਹੇਠਲਾ ਨੀਚਾ ਭਾਗ, ਔਰ ਨਾਲ ਗ੍ਰਾਫ ਦਿੱਤਾ ਹੋਇਆ ਕਿੰਨੇ ਕਿੰਨੇ ਕਿਲੋਮੀਟਰ ਤੱਕ ਹੈ ਜੀ। ਇਸ ਨੂੰ ਚਿੱਤਰ ਦੇ ਰਾਹੀਂ ਵੀ ਜਿਹੜਾ ਹੈ ਧਰਤੀ ਦੀ ਬਣਤਰ ਨੂੰ ਆਪਾਂ ਸਮਝ ਸਕਦੇ ਹਾਂ। ਚਿੱਤਰ ਜਿਹੜਾ ਹੈ ਤੁਸੀਂ ਆਪ ਬਣਾ ਕੇ ਇਸ ਨੂੰ ਜਿਹੜਾ ਹੈ ਬੜੀ ਆਸਾਨੀ ਦੇ ਨਾਲ ਯਾਦ ਰੱਖ ਸਕਦੇ ਹੋ। ਸੋ ਇਹ ਸੀ ਜੀ ਅੱਜ ਦਾ ਆਪਣਾ ਇੰਪੋਰਟੈਂਟ ਟੋਪਿਕ। ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਲਗਭਗ ਹਰ ਰੋਜ਼ ਅਸੀਂ ਬਹੁਤ ਹੀ ਇੰਪੋਰਟੈਂਟ ਵੀਡੀਓ ਜਿਹੜੀਆਂ ਨੇ ਅਪਲੋਡ ਕਰ ਰਹੇ ਹਾਂ, ਔਰ ਜੋ ਕਿ ਅਲੱਗ ਅਲੱਗ ਹਰੇਕ ਇਗਜ਼ਾਮ ਦੇ ਲਈ ਲਗਭਗ ਬਹੁਤ ਇੰਪੋਰਟੈਂਟ ਨੇ। ਬੇਸਿਕ ਕੁਐਸਚਨ ਨੇ ਜ਼ਿਆਦਾਤਰ, ਔਰ ਬਿਲਕੁਲ ਜਿਹੜਾ ਹੈ ਸਿਲੇਬਸ ਦੇ ਨਾਲ ਰਿਲੇਟਡ ਵੀ ਨੇ, ਪੀ ਐੱਸ ਟੈਟ ਦੇ ਨਾਲ। ਔਰ ਜੇਕਰ ਤੁਸੀਂ ਕਿਸੇ ਵੀ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਉਹਦੇ ਲਈ ਜੋ ਹਿਸਟਰੀ, ਜੋਗ੍ਰਾਫੀ ਔਰ ਉਹਦੇ ਪ੍ਰੈਕਟਿਸ ਸੈੱਟ ਨੇ ਬਹੁਤ ਹੈਲਪਫੁੱਲ ਰਹਿਣਗੇ ਜੀ ਤੁਹਾਡੇ ਵਾਸਤੇ। ਉਹ ਕੋਈ ਵੀ ਤੁਸੀਂ ਪੰਜਾਬ ਦਾ ਇਗਜ਼ਾਮ ਦੇਣ ਜਾ ਰਹੇ ਹੋ ਤਾਂ ਉਸਦੇ ਵਾਸਤੇ ਜੀ। ਸੋ ਲਾਈਵ ਕਲਾਸ ਦੇ ਲਈ ਵੀ ਤੁਸੀਂ ਅਟੈਂਡ ਕਰ ਸਕਦੇ ਹੋ ਜੀ। ਲਾਈਵ ਕਲਾਸ 8:30 ਤੋਂ ਹਰ ਰੋਜ਼ ਕਲਾਸ ਲੱਗਦੀ ਹੈ ਜੀ ਚਾਈਲਡ ਡਿਵੈਲਪਮੈਂਟ ਦੀ। ਔਰ ਉਸ ਤੋਂ ਇਲਾਵਾ SST ਦੇ ਅਸੀਂ ਅਲੱਗ ਅਲੱਗ ਇੱਕ ਟੋਪਿਕ ਲੈ ਕੇ ਚੱਲਦੇ ਹਾਂ ਜੀ, ਸਿਵਿਕਸ ਜਾਂ ਜੋਗ੍ਰਾਫੀ ਦੀਆਂ ਹੁਣ ਜਿਹੜੀਆਂ ਕਲਾਸਿਸ ਸਾਡੀਆਂ ਚੱਲ ਰਹੀਆਂ ਨੇ ਜੀ, ਔਰ ਹਿਸਟਰੀ ਦੀਆਂ ਨੈਕਸਟ ਟਾਈਮ ਸ਼ੁਰੂ ਕਰਨ ਜਾ ਰਹੇ ਹਾਂ ਜੀ ਸਿਵਿਕਸ ਦੀਆਂ। ਸੋ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਪ੍ਰੈਪਰੇਸ਼ਨ ਜਿਹੜੀ ਆ ਉਹ ਕਰ ਸਕਦੇ ਜੀ। ਸੋ ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।